जैसे कुछ अंबिया अली बादशाह दे नाल शरीक है मालिक तुहाडी जिंदगी दराज करे जी सवाल सुन पाक रसूल सल्लल्लाहु अलैहि वसल्लम ने फरमाया या अली बरोज़े माशर जदा सवा नहीं देते सूरज होने गर्मी की शिद्दत होनी या अली उस गर्मी की शिद्दत अगर किसी बंदे नो एक दरिया जितना पानी पिला दिता जाए कितना पानी दरिया एक दरिया जितना पानी पिला दिता जाए फिर भी तुसी उसकी प्यास का अंदाजा नहीं ला सकते इतनी गर्मी होनी दरिया का पानी कितना वसी होंगे अगर एक बंदे नो उस दरिया जितना पानी पिला दिता जाए फिर भी उसकी प्यास का अंदाजा नहीं ला सकते कितना खुश किस्मत इंसान होसी जिसमें पानी पिलाने लगता दली बादशाह माशाल्लाह फिर पानी भी हो जो कौन सदा पर मैं ये आली इतनी गर्मी दी शिद्दत है इतनी गर्मी दी आलम है जो लोग साया लग से साया ना मिल सी वो साढे बोला जेठ दी गर्मी बर्दाश्त नहीं होती अब दो दिन हो गए तो लोग को मतलब कि बंदे अंतिम और साल मनोदा नहीं रखना और लोग पहन पहले बस ठंडा रहे यार थोड़ी सी गर्मी तो डर के ऐसे रोना छोड़ देना अल्लाह का वाजिब करता अमल तू नस में है वो नहीं कर दे यानी इतनी गर्मी के आलम है इतनी गर्मी की शिद्दत है साया लपन गए लोगों को साया ना मिलेगा लेकिन अल्लाह ने इस गर्मी के आलम में मैं मोहम्मद मुस्तफा मुल्ला हम जैसा साया अता की माशाल्लाह जी हो मैं फकत थोड़ी दुआ चाहिए
ਬਿਲਕੁਲ ਮੁਖਤਸਰ ਜੇ ਮੈਂ ਪੜ੍ਹਨਾ ਮੇਰਾ ਦਿਲ ਚਾਹੁੰਦਾ ਜੋ ਅਸੀਂ ਅਲੀ ਬਾਦਸ਼ਾਹ ਦੇ ਮੰਨਣ ਲਿਆ ਅਲੀ ਬਾਦਸ਼ਾਹ ਨਾਲ ਮੁਹੱਬਤ ਕਰਨੇ ਫਜ਼ਾਇਲ ਤੁਹਾਡੇ ਵੀ ਬੜੇ ਬੁਲੰਦ ਨੇ ਜਿਹੜੇ ਅਲੀ ਬਾਦਸ਼ਾਹ ਨਾਲ ਮੁਹੱਬਤ ਕਰਦੇ ਨੇ ਜੇਕਰ ਤੁਹਾਡੇ ਔਰ ਮੇਰੇ ਮੌਲਾ ਅਲੀ ਨੇ ਦੁਨੀਆ ਤੋਂ ਨਫ਼ਰਤ ਕੀਤੀ ਦੁਨੀਆ ਨੂੰ ਤਲਾਕ ਦਿੱਤੀਆਂ ਇੱਕ ਦਫ਼ਾ ਮੌਲਾ ਅਲੀ ਆਪਣੇ ਚੰਦ ਸਾਹਬੀਏ ਦੇ ਨਾਲ ਗੁਜ਼ਰੇ ਨੇ ਸਾਹਮਣੇ ਕੁੱਤਾ ਮਰਿਆ ਪਿਆ ਮੌਲਾ ਨੇ ਪੁੱਛਿਆ ਕਿ ਉਹਨਾਂ ਕਹਿੰਦੇ ਮੁਰਦਾਰ ਕੁੱਤਾ ਮਰਿਆ ਪਿਆ ਮੌਲਾ ਫਰਮਾਇਆ ਕੋਈ ਤੁਹਾਡੇ ਨਜ਼ਦੀਕ ਹੈ ਤੇ ਕੋਈ ਕੀਮਤ ਉਹਨਾਂ ਦੀ ਕੱਦ ਕੀਮਤ ਨੂੰ ਮਰਿਆ ਪਿਆ ਮੁਰਦਾਰ ਹੈ ਮੌਲਾ ਫਰਮਾਇਆ ਮੈਂ ਅਲੀ ਦੇ ਨਜ਼ਦੀਕ ਇਹ ਕੁੱਤੇ ਤੂੰ ਵੀ ਬਦਤਰ ਹੈ ਇਹ ਦੁਨੀਆ ਆਹਾ ਕੀ ਬਾਤ ਬੰਦੇ ਪਰੇਸ਼ਾਨ ਹੋ ਯਾ ਅਲੀ ਜਦੋਂ ਵੀ ਸੁਣਿਆ ਤੁਸੀਂ ਦੁਨੀਆ ਦੀ ਮੁਜ਼ੰਮਤ ਕੀਤੀ ਹੈ ਯਾ ਅਲੀ ਤੁਹਾਡੀ ਜ਼ੁਬਾਨ ਇਹ ਤਰ੍ਹਾਂ ਹੈ ਜਦੋਂ ਵੀ ਸੁਣਿਆ ਤੁਸੀਂ ਦੁਨੀਆ ਦੀ ਮੁਜ਼ੰਮਤ ਕੀਤੀ ਹੈ ਯਾਰੀ ਤੁਹਾਨੂੰ ਦੁਨੀਆ ਦੀ ਕੋਈ ਚੀਜ਼ ਚੰਗੀ ਵੀ ਲੱਗਦੀ ਹੈ ਕੋਈ ਨਾ ਜਿਹੜੀ ਆ ਮੌਲਾ ਚੰਗੀ ਚੀਜ਼ ਲੱਗੀ ਦੱਸਾਂ ਮਾਸ਼ਾਅੱਲਾ ਮੈਂ ਕਹਿਣਾ ਤੁਸੀਂ ਸੁਣ ਲਓ ਮੈਨੂੰ ਇਸ ਦੁਨੀਆ ਚੋਂ ਫਕਰ 6 ਚੀਜ਼ਾਂ ਚੰਗੀਆਂ ਲੱਗਦੀਆਂ ਨੇ ਪੂਰੀ ਜ਼ਮਾਨਾ ਮੈਨੂੰ ਇਸ ਦੁਨੀਆ ਚੋਂ ਫਕਰ 6 ਚੀਜ਼ਾਂ ਚੰਗੀਆਂ ਲੱਗਦੀਆਂ ਨੇ ਸਵਾਲ ਕੀਤਾ ਮੌਲਾ ਮਿਹਰਬਾਨੀ ਕਰੋ ਫਿਰ ਸਾਨੂੰ ਵੀ ਦੱਸ ਦਿਓ ਵੀ ਤੁਹਾਨੂੰ 6 ਚੀਜ਼ਾਂ ਚੰਗੀਆਂ ਕਿਹੜੀ ਲੱਗਦੀਆਂ ਨੇ ਅਲੀ ਬਾਦਸ਼ਾਹ ਫਰਮਾਉਂਦੇ ਖੜੇ ਮੈਨੂੰ ਇਸ ਦੁਨੀਆ ਚੋਂ 6 ਚੀਜ਼ਾਂ ਬੜੀਆਂ ਪਸੰਦ ਨੇ ਬੜੀਆਂ ਮਹਬੂਬ ਨੇ ਉਹਨਾਂ ਚੋਂ 2 ਕਦਮ ਹਨ ਜਿਹੜੇ ਮੈਂ ਅਲੀ ਨੂੰ ਬੜੇ ਪਸੰਦ ਨੇ ਉਹਨਾਂ 6 ਚੀਜ਼ਾਂ ਚੋਂ 2 ਕਦਮ ਹਨ ਜਿਹੜੇ ਮੈਂ ਅਲੀ ਨੂੰ ਬੜੇ ਪਸੰਦ ਨੇ ਉਹਨਾਂ 6 ਚੀਜ਼ਾਂ ਚੋਂ 2 ਗੁੱਟ ਐਸੇ ਨੇ ਜਿਹੜੇ ਮੈਂ ਅਲੀ ਨੂੰ ਬੜੇ ਪਸੰਦ ਨੇ ਔਰ ਆਖਰੀ 2 ਕਤਰੇ ਐਸੇ ਨੇ ਜਿਹੜੇ ਮੈਂ ਅਲੀ ਇਬਨ ਅਬੀ ਤਾਲਿਬ ਨੂੰ ਬੜੇ ਪਸੰਦ ਨੇ ਕੀ ਬਾਤ ਮੌਲਾ ਦੇ ਸਿਰ ਦੇ ਆਵਾਜ਼ ਨਾਲ ਬੋਲਣਾ ਚਾਹੀਦਾ ਜਿੱਥੇ ਹੋ ਸਕੇ ਇਹ ਹਰ ਆਉਣ ਵਾਲੇ ਦੀ ਜ਼ਿੰਮੇਵਾਰੀ 6 ਚੀਜ਼ਾਂ ਮੈਂ ਅਲੀ ਨੂੰ ਇਸ ਦੁਨੀਆਂ ਦੇ ਵਿੱਚ ਬੜੀਆਂ ਮਹਬੂਬ ਨੇ ਬੜੀਆਂ ਚੰਗੀਆਂ ਲੱਗਦੀਆਂ ਜਿਹੜੀਆਂ ਮੈਂ ਅਲੀ ਨੂੰ ਪਸੰਦ ਨੇ 2 ਕਦਮ ਮੈਂ ਅਲੀ ਨੂੰ ਬੜੇ ਪਸੰਦ ਨੇ ਮਾਸੂਮ ਫਰਮਾਇਆ ਪਹਿਲਾ ਕਦਮ ਮੈਂ ਅਲੀ ਇਬਨ ਅਬੀ ਤਾਲਿਬ ਨੂੰ ਬੜਾ ਪਸੰਦ ਹੈ ਜਿਹੜਾ ਆਪਣੇ ਘਰ ਤੋਂ ਕਿਸੇ ਮੋਮਨ ਦੀ ਇਜਾਜ਼ਤ ਵਾਸਤੇ ਜਾਇਆ ਮਾਸ਼ਾਅੱਲਾ ਜੀਓ ਮਾਲਕ ਤੁਹਾਡੀ ਜ਼ਿੰਦਗੀ ਕਰੇ ਜੀ ਸਲਾਮਤ ਰਹੋ ਜਿਹੜੇ ਬੋਲ ਪਏ ਜੀ ਜਿਹੜਾ ਨਹੀਂ ਬੋਲਿਆ ਜੀ ਮਾਲਕ ਤੁਹਾਨੂੰ ਵੀ ਸਲਾਮਤ ਰਹੇ ਪਹਿਲਾ ਕਦਮ ਮੈਂ ਅਲੀ ਨੂੰ ਪਸੰਦ ਹੈ ਜਿਹੜਾ ਆਪਣੇ ਘਰ ਤੋਂ ਕਿਸੇ ਮੋਮਨ ਦੀ ਆਯਾਦਤ ਵਾਸਤੇ ਚਾਹਿਆ ਜਾਵੇ ਕਿਸ ਦਾ ਹਾਲ ਪੁੱਛਣ ਵਾਸਤੇ ਚਾਹਿਆ ਜਾਵੇ ਮਾਸੂਮ ਫਰਮਾਉਂਦੇ ਖੜੇ ਮੈਂ ਅਲੀ ਇਬਨ ਅਬੀ ਤਾਲਿਬ ਨੂੰ ਦੂਸਰਾ ਕਦਮ ਉਹ ਬੜਾ ਪਸੰਦ ਹੈ ਜਿਹੜਾ ਆਪਣੇ ਘਰ ਤੋਂ ਅੱਲਾਹ ਦੀ ਇਬਾਦਤ ਵਾਸਤੇ ਕਦਮ ਚਾਹਿਆ ਮਾਸ਼ਾਅੱਲਾ ਜੀਓ ਇਨਸਾਨ ਨੂੰ ਗੁੱਸਾ ਆਵੇ ਗੁੱਸਾ ਆਵੇ ਤੇ ਗੁੱਸੇ ਦੇ ਆਲੇ ਵਿੱਚ ਪਾਣੀ ਦਾ ਘੁੱਟ ਪੀ ਕੇ ਗੁੱਸੇ ਨੂੰ ਠੰਡਾ ਕਰ ਲਵੇ ਉਹ ਮੈਂ ਅਲੀ ਨੂੰ ਬੜਾ ਪਸੰਦ ਹੈ ਮਾਸ਼ਾਅੱਲਾ ਮਾਲਾ ਫਰਮਾਇਆ ਦੂਸਰਾ ਗੋਟ ਨੇ ਅਲੀ ਇਬਨ ਅਬੀ ਤਾਲਿਬ ਨੂੰ ਬੜਾ ਪਸੰਦ ਹੈ ਮੌਲਾ ਕਿਹੜਾ ਪਸੰਦ ਹੈ ਫਰਮਾਇਆ ਜਦ ਬੰਦੇ ਦਾ ਜ਼ੁਲਮ ਹੁੰਦਾ ਪਿਆ ਹੋਵੇ ਬੰਦੇ ਨੂੰ ਪਤਾ ਹੋਵੇ ਜੋ ਮੇਰਾ ਹੱਕ ਕਸਬ ਹੁੰਦਾ ਪਿਆ ਹੈ ਉੱਥੇ ਸਬਰ ਦਾ ਗੋਟ ਭਰ ਲਵੇ ਮੈਂ ਅਲੀ ਨੂੰ ਬੜਾ ਪਸੰਦ ਹੈ ਮਾਸ਼ਾਅੱਲਾ ਜੀਓ ਉੱਥੇ ਸਬਰ ਦਾ ਗੋਟ ਭਰ ਲਵੇ ਮੈਂ ਅਲੀ ਨੂੰ ਬੜਾ ਪਸੰਦ ਹੈ ਮੌਲਾ ਫਰਮਾਇਆ ਆਖਰੀ ਮੈਂ ਅਲੀ ਇਬਨ ਅਬੀ ਤਾਲਿਬ ਨੂੰ 2 ਕਦਰੇ ਬੜੇ ਪਸੰਦ ਨੇ ਬਸ ਇਹ ਫਜ਼ੀਲਤ ਦੀਆਂ 2 ਗੱਲਾਂ ਉਸ ਦੇ ਬਾਰੇ ਇਮਰਾਨ ਮਸਾਦ ਦੇ ਪੜ੍ਹਨੇ 2 ਕਦਰੇ ਮੈਂ ਅਲੀ ਨੂੰ ਕਿਉਂਕਿ ਸਾਰੇ ਸਵਾਲ ਦੀ ਮਾਇਨੇ ਸੇ ਔਰ ਇਸ ਵਿੱਚ ਕੋਈ ਐਸਾ ਦਰਦ ਹੋਣਾ ਚਾਹੀਦਾ ਜਿਹੜਾ ਸਾਡੀ ਜ਼ਿੰਦਗੀ ਚ ਇਨਕਲਾਬ ਪੈਦਾ ਕਰ ਸਕੇ ਔਰ ਮੈਂ ਸਮਝਣਾ ਅਗਰ ਤਿੰਨ 6 ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚ ਰੱਖ ਲਈਏ ਆਪਣੇ ਸਾਹਮਣੇ ਤਾਂ ਯਕੀਨਨ ਜ਼ਿੰਦਗੀ ਕਾਮਯਾਬ ਗੁਜ਼ਾਰ ਸਕਦੀ ਹੈ ਕੀ ਬਾਤ ਹੈ ਜੀਓ ਔਰ ਉਹ ਮੈਂ ਗੁਜ਼ਾਰ ਸਕਦੇ ਜਿਵੇਂ ਆਲੇ ਮੁਹੰਮਦ ਚਾਹੁੰਦੇ ਨੇ ਕਿਉਂਕਿ ਉਹਨਾਂ ਦਾ ਫਰਮਾਨ ਹੈ ਨਾ ਬਸ ਹੁੰਦਾ ਹੈ ਮੇਰਾ ਸ਼ੀਆ ਸਾਡੇ ਵਾਸਤੇ ਬੈਸ ਫਖਰ ਬਣ ਗਿਆ ਨਾ ਬੈਸ ਮੰਗਵਾਰ ਨਾ ਬਣੀ 2 ਕਦਰੇ ਮੈਂ ਅਲੀ ਇਬਨ ਅਬੀ ਤਾਲਿਬ ਬੜੇ ਪਸੰਦ ਨੇ 2 ਕਦਰੇ ਮੈਨੂੰ ਬੜੇ ਮਹਬੂਬ ਨੇ ਮੌਲਾ ਫਰਮਾਇਆ ਪਹਿਲਾ ਉਹ ਕਦਰਾ ਮੈਂ ਅਲੀ ਨੂੰ ਪਸੰਦ ਹੈ ਜਿਹੜਾ ਸ਼ਹੀਦ ਦੇ ਖੂਨ ਦਾ ਪਹਿਲਾ ਕਤਰਾ ਜ਼ਮੀਨ ਤੇ ਡਾਲਦਾ ਹੈ ਮੈਂ ਅਲੀ ਨੂੰ ਬੜਾ ਪਸੰਦ ਹੈ ਪਰ ਮੈਂ ਦੂਸਰਾ ਕਤਰਾ ਮੈਂ ਅਲੀ ਇਬਨ ਅਬੀ ਤਾਲਿਬ ਨੂੰ ਉਹ ਪਸੰਦ ਹੈ
ਜਿਹੜਾ ਇਬਾਦਤ ਖੁਦਾ ਹੈ ਜਾਂ ਮਤਲਬ ਗੁਨਾਹ ਤੇ ਇਸਤਗਫਾਰ ਵਿੱਚ ਨਦਾਮਤ ਦਾ ਅੱਖਰ ਗੁਨਾਹ ਹੈ ਮੇਰਾ ਅੱਖਾਂ ਚ ਪਹਿਲਾ ਆਂਸੂ ਆਉਂਦਾ ਪਹਿਲਾ ਕੰਦਰਾ ਮੈਲੀ ਨੂੰ ਬੜਾ ਪਸੰਦ ਹੈ ਛੇ ਚੀਜ਼ਾਂ ਆਲੀ ਨੂੰ ਪਸੰਦ ਨੇ ਪਹਿਲੇ ਦੋ ਕਦਮ ਪਸੰਦ ਨੇ ਪਹਿਲਾ ਕਦਮ ਕਿਸੇ ਮੋਮਨ ਦੀ ਇਬਾਦਤ ਵਾਸਤੇ ਦੂਸਰਾ ਕਦਮ ਰਹਿਮਾਨ ਦੀ ਇਬਾਦਤ ਵਾਸਤੇ ਦੋ ਗੁੱਟ ਮੈਂ ਅਲੀ ਨੂੰ ਬੜੇ ਪਸੰਦ ਨੇ ਗੁੱਸਾ ਆਵੇ ਤੇ ਪਾਣੀ ਪੀ ਕੇ ਠੰਡਾ ਕਰ ਜ਼ੁਲਮ ਹੋ ਰਿਹਾ ਤਾਕਤ ਹੋ ਗਈ ਲੜ ਸਕਦਾ ਹੋਵੇ ਲੇਕਿਨ ਉਹ ਤਾਂ ਸਬਰ ਦਾ ਗੁੱਟ ਬਰ ਲਵੇ ਮੈਂ ਅਲੀ ਨੂੰ ਪਸੰਦ ਹੈ ਦੋ ਕਤਰੇ ਮੈਂ ਅਲੀ ਨੂੰ ਬੜੇ ਪਸੰਦ ਨੇ ਪਹਿਲਾ ਸ਼ਹੀਦ ਖੂਨ ਦਾ ਕਤਰਾ ਪਹਿਲਾ ਜਾਂ ਜ਼ਮੀਨ ਤੇ ਪਹਿਲਾ ਪਹਿਲਾ ਕਤਰਾ ਦੂਸਰਾ ਜਿਹੜਾ ਨਦਾਮਤ ਆਪਣੇ ਗੁਨਾਹ ਦੇ ਸਫਾਰ ਚ ਅੱਲਾ ਦੀ ਬਾਰ ਗਏ ਤੇ ਉਹਨੀ ਅੱਖ ਜੋ ਆਂਸੂ ਨਿਕਲਦੇ ਨੇ ਪਹਿਲਾ ਕਤਰਾ ਮੈਂ ਅਲੀ ਨੂੰ ਪੜਾ ਦੁਆ ਹੈ ਰਹਿਮਾਨ ਰਹੀਮ ਅੱਲਾ ਤੋਂ ਮੈਨੂੰ ਸਿਰੇ ਤੇ ਆਲੇ ਮੁਹੰਮਦ ਦੇ ਅਮਲ ਕਰਨ ਦੀ ਤੋਫੀਕ ਨਾਜ਼ ਫਰਮਾਵੇ ਇਲਾਹੀ ਆਮੀਨ ਸੋਖਾ ਨਹੀਂ ਬਚਿਆ ਇਸ ਦੀਨ ਦੀ ਹਰ ਗੱਲ ਦੀ ਕਦਰ ਕੀਤੀ ਕਰ ਦੀਨ ਦੀ ਕਦਰ ਕਰ ਸੋਖਾ ਨਹੀਂ ਰਹਿਣ ਦੇ ਸਿਆਰ ਲੈ ਕਰ ਹਾਂ ਬਿਸਮਿਲ੍ਲਾ ਕਰਾ ਮਾਲਿਕ ਕੋਲ ਹੈ ਕਿ ਉਹ ਫਰਮਾਵੇ ਕੱਲ ਸਵਾਏ ਆਲੇ ਮੁਹੰਮਦ ਦੇ ਮੁੰਡੇ ਦਾ ਬਾ ਕੋਈ ਗਮ ਨਾ ਦੇਖੋ ਦੀਨ ਸੌਖਾ ਨਹੀਂ ਬਚਿਆ ਤੇਰੇ ਮੇਰੇ ਤਾਈਂ ਸੌਖਾ ਨਹੀਂ ਪਹੁੰਚਿਆ ਇਸ ਦੀਨ ਦੀ ਖਾਤਰ ਹੁਸੈਨ ਬੰਦਿਆਂ ਦੀ 6 ਮਹੀਨੇ ਦੀ ਰਿਅਸ ਤੋਂ ਦਾ ਕੰਮ ਹਾਂ ਬਿਸਮਿਲ੍ਲਾ ਕਰਾ ਬਦਰੁਨਾਂ ਦੀ ਹੈ ਨਿਕਲੀ ਕਦੀ ਮੇਰੇ ਦਾਰ ਬੈਠ ਮੈਂ ਤੁਹਾਡੀ ਅੱਖੇ ਤਾਂ ਸੁ ਆ ਗਿਆ ਇਹ ਦੀਨ ਸੌਖਾ ਨਹੀਂ ਬਚਿਆ ਜਿਹਨੂੰ ਵੇਲਦਿਆਂ ਖੁਦ ਹੁਸੈਨ ਥੱਕਦਾ ਨਹੀਂ ਨਾ ਅਲੀ ਅਕਬਰ ਜੈਸੇ ਪੁੱਤਰ ਦੇ ਜਵਾਨ ਦੇ ਬੈਨ ਕੋ ਰਾਖੀ ਇਸ ਦੀਨ ਦੀ ਕਦਰ ਕਰ ਮੁਹੰਮਦ ਦਾ ਖਿਆਲ ਰੱਖ ਜਿਵੇਂ ਦੇ ਹੁੰਦਿਆਂ ਹੁਸੈਨ ਦੀ ਕਾਇਨਾਤ ਤੱਕ ਨਹੀਂ ਪਹੁੰਚੀ ਇਸ ਦੀਨ ਦੀ ਖਾਤਰ ਹੁਸੈਨ ਉਸ ਬਾਦਸ਼ਾਹ ਦੇ ਬਾਦੋ ਦਿੱਤੇ ਨੇ ਇੱਥੇ ਮੈਂ ਜੁਮਲਾ ਮਸਲਾ ਦੇ ਪੜ੍ਹਨਾ ਸ਼ਾਦ ਦਿਆ ਜਾ ਮੈਨੂੰ ਸ਼ਾਦ ਮੇਰੇ ਬਾਅਦ ਜੁਮਲਾ ਸਾ ਪੜ੍ਹਨਗੇ ਮੇਰੇ ਭਾਈ ਪੜ੍ਹਨਗੇ ਰੋਂਦੀ ਅੱਖਾਂ ਦੁਆ ਮੰਗੋ ਮੌਲਾ ਉਸ ਨੂੰ ਹੁੰਦੇ ਦਰਜਾਤ ਬੁਲੰਦ ਫਰਮਾਵੇ ਜਿੰਨੇ ਸਾਰੇ ਸਵਾਬ ਦੇ ਜਵਾਈ ਦੱਸ ਜਿੱਤੇ ਤੁਹਾਡੇ ਵੀ ਜਿਤਨੇ ਮਰਹੂਮੀ ਦੁਨੀਆਂ ਚਲੇ ਗਿਆ ਅੱਲਾ ਸਾਰੇ ਦਰਜਾਤ ਬੁਲੰਦ ਫਰਮਾਵੇ ਜਿਸ ਧੀ ਦਾ ਪਿਓ ਮਾਰਿਆ ਜਾਵੇ ਲੋਕ ਕੋਸ਼ਿਸ਼ ਕਰਦੇ ਜੋ ਧੀ ਪਿਓ ਦੀ ਲਾਸ਼ ਉੱਤੇ ਰੱਜ ਕੇ ਹੋ ਅੱਲਾ ਤੁਹਾਡੀ ਹਾਈ ਕਬੂਲ ਫਰਮਾਵੇ ਜਿਹੜਾ ਧੀ ਦੇ ਪਿਓ ਬੈਠੇ ਹੋ ਗੱਲ ਤੋਂ ਸੁਣਾ ਲੈ ਜਾਂ ਜਿਹੜੇ ਭੈਣ ਦਾ ਬਿਰਾ ਬੈਠੇ ਜਿਸ ਭੈਣ ਦਾ ਬਿਰਾ ਮਾਰੇ ਬਜ਼ੁਰਗੋ ਲੋਕ ਕੋਸ਼ਿਸ਼ ਕਰਦੇ ਨੇ ਜੋ ਭੈਣ ਵੀ ਰੱਜ ਕੇ ਆਪਣੇ ਬਿਰਾ ਨੂੰ ਦੋ ਦੇਵੇ ਲੈ ਆ ਕੁਰਾਨ ਰੱਖ ਮੇਰੇ ਸਾਥੇ ਧੀ ਦਾ ਪਿਓ ਵੀ ਕਰਬਲਾ ਮਾਰਿਆ ਗਿਆ ਭੈਣਾਂ ਦੇ ਬਿਰਾ ਵੀ ਕਰਬਲਾ ਮਾਰੇ ਗਏ ਨੇ ਜਦੋਂ ਆ ਕੇ ਲਾਸ਼ਾਂ ਤੇ ਬੈਠੇ ਨਾ ਤੇ ਲਬਾਬ ਦਾ ਰੰਗ ਸਫੈਦ ਹੈ ਉਹ ਆਤਮੀ ਸਾਡੇ ਮੰਦਰ ਜੁਲਾ ਲਿਖਿਆ ਹੈ ਜਦੋਂ ਅਲੀ ਦੀਆਂ ਨੌਮਾਂ ਦੇ ਦੀਆਂ ਬਿਰਾਵਾਂ ਦੀਆਂ ਲਾਸ਼ਾਂ ਤੋਂ ਉੱਠੀਆਂ ਨੇ ਉਹ ਤੇ ਲਬਾਬ ਦਾ ਰੰਗ ਸੁਰਖ ਹੋ ਚੁੱਕਿਆ ਹੋਏ 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 ਲਬਾਬ ਦਾ ਰੰਗ ਹੀ ਤਬਦੀਲ ਹੋ ਗਿਆ ਸੀ ਕੋਈ ਸੰਦਾਰ ਦੇ ਨਾਲ ਮੁਸਲਮਾਨਾਂ ਲਾਸ਼ਾਂ ਤੋਂ ਉੱਠਾਈਆਂ ਹੋਏ ਹੋਏ ਬਿਨ ਬਿਦਾਨੇ ਉੱਠਦੇ ਅਲੀ ਦੀਆਂ ਨੌਮਾਂ ਦੇ ਦੀਆਂ ਸਵਾਰ ਹੋ ਗਈਆਂ ਬਸ ਇਹਨ ਬਿਦਾਰ ਕੋਲ ਮੈਂ ਇੱਥੇ ਬੈਨ ਕਰਾਂ ਘੋੜਿਆਂ ਦੇ ਨਾਲ ਉੱਠ ਬੈਠਦੇ ਆਏ ਮਸਤੂਰਾ ਕਿਸਮਤ ਦੇ ਕੋਲ ਬੱਚੇ ਹਨ ਮਾਮਾ ਤੋਂ ਜੜੀਆਂ ਇੰਜ ਕਹਿਦਨ ਹੱਥ ਤੇ ਪਸੇ ਗਰਦਨ ਬੰਦੇ ਸਨ ਕਾਨੂੰਨ ਵੀ ਸਾਰੇ ਆ ਕੇ ਇੱਥੇ ਬਦਲ ਗਏ ਬਜ਼ੁਰਗੋ ਹੱਥ ਬੰਦ ਹੈ ਜੋ ਬੱਚੇ ਮਾਂ ਬੱਚੇ ਨੂੰ ਸੰਭਾਲਦੀਆਂ ਹਨ ਲੇਕਿਨ ਜਿਸ ਕਰਬਲਾ ਤੂੰ ਮਾਮਾ ਬੱਚੇ ਨਾਲ ਟੁਰੀਆਂ ਨਾ ਮਾਮਾ ਦੇ ਹੱਥ ਰੁੱਝ ਗਏ ਤੇ ਬੱਚੇ ਮਾਮਾ ਨੂੰ ਪਕੜਿਆ ਹੋਇਆ ਜ਼ਾਲਿਮ ਔਰ ਰਵਾਇਤ ਕਰਦਾ ਹੈ ਉਹਨਾਂ ਦਾ ਇੱਕ ਮੌਕਾ ਐਸਾ ਹੈ ਹੋਠ ਹੋ ਲੈ ਕੇ ਟੁੱਟਦਾ ਸੀ ਮੈਂ ਉਸ ਹੋਠ ਨੂੰ ਚਾਬਕ ਮਾਰਨ ਦੀ ਕੋਸ਼ਿਸ਼ ਕੀਤੀ ਅਨਸ ਤੇਰੀ ਮਜ਼ਦੂਰ ਸਵਾਰੀ ਮਜ਼ਦੂਰ ਬਿਲਕੁਲ ਇੱਕ ਬੱਚਾ ਹੈ ਅਨਾ ਮੈਂ ਜਿਹੜਾ ਚਾਬਕ ਮਾਰਨ ਦੀ ਕੋਸ਼ਿਸ਼ ਕੀਤੀ ਅੱਧਾ ਚਾਬਕ ਉਸ ਹੋਠ ਦੀ ਕੰਢ ਉੱਤੇ ਲੱਗਿਆ ਹੈ ਅੱਧਾ ਚਾਬਕ ਉਸ ਬੱਚੇ ਨੂੰ ਲੱਗਿਆ ਹੈ ਬੱਚਾ ਮਾਂ ਦੇ ਗੱਲ ਵਿੱਚ ਸਫਾਈ ਕੱਢੀਆਂ ਨੇ ਲੈ ਕੇ ਲੰਘੀ ਵਰ ਸਕਿਆ ਮਾਂ ਮੈਂ ਲੰਘਦਾ ਪਿਆ ਮਾਂ ਰੋ ਕੇ ਆਉਂਦੀ ਮੇਰਾ ਪੁੱਤਰ ਅੱਲਾ ਦੇ ਹਵਾਲੇ ਮਾਂ ਦਾ ਵਸ ਨਹੀਂ ਚੱਲਦਾ ਮਾਂ ਮਜਬੂਰ ਹੈ ਮਾਤਮੀ ਅਲਦਾਰੋਂ ਇੱਕ ਮੁਕਾਮ ਤੇ ਆ ਕੇ ਰੋਕੇ ਨੇ ਨਾ ਕਾਫਲਾ ਤੇ ਕਾਫਲਾ ਰੋਕ ਕੇ ਸਾਨੂੰ ਪਾਣੀ ਪਿਲਾਉਣਾ ਸ਼ੁਰੂ ਕੀਤਾ ਨੇ
جناب سکینہ حسین دے سینے دا تویز دتھا جو سجاد زنجیر تھپ گئے سجاد بادشاہ دے زنجیر گرم ہو گئے زدر حرامی اللہ سے لعنت کرے کمینہ پانی بدل تقسیم کر دے بی بی قریب آ کہندا کمینہ میں پانی دے بکواس کر کہندا پانی نہ دیندا مسلمہ رو کے فرمانی مت تینوں اے ہوے جو میں پانی پینا ہے میں پانی پینا نہیں تپ دا دور اے تے میرے ویر دے زنجیر تپ گئے مینو پانی دے میں اپنے ویر دے زنجیر ٹھنڈے کر رہا جس پانی نہیں ملیا پھر مسلمہ روندی واپس گل ادھر کہندے سجاد بہن مجبور رہی اور تے کچھ نہیں کر سکتی تیرے زنجیر تے ہر تھانے چھا کوفے دے باروں آ کے میرے حسین زینب سلام اللہ علیہ ان چند گلے کے تیاں ماں پیزا جائے ظالم نو آ کے نہ کر بلا میرا جڑا نقصان کیتا تے میں کچھ نہیں آکھیا اما انہاں نو آ اس ہر ہر بی بی نو ایک ایک چادر نہیں دیندا تے دو دو بی بی نے ایک ایک چادر دے وے اگلے موڑ دے بلا حسین اما ظالم نو آ کے میں اس بازار وچ نہ گزارے اس بازار وچ میری نگرانی رکھدی ہے ظالم میں تواس کر کے پھر جا ٹر دا اون جا کے آ کے جدا تو نہ کہے تو تیرے پیو دی شاہی ائی ہن تیرے پیو دی شاہی نہیں ہن تو ساڈی کیا کرے جتھے دل کیتا تینو کھڑا کراں گے جتھے دل کرتا تینو گزار لواں گے چادر نہ دین دے آخری گل میں نشان کی تھی فرمایا میں سماج جو میرے سجاد गरीब आया पहला ताजे कंट मारे चार साल की बहन बज गई आगे कंट जन फिर हो गया ਆਜਾ ਦੋ ਕਦਮ